ਡਰੱਗ ਕੇਸ ਦੇ ਮਾਮਲੇ ਦੇ ਅੰਦਰ ਸੁਖਪਾਲ ਸਿੰਘ ਖਹਿਰਾ ਅੱਜ ਫਾਜ਼ਿਲਕਾ ਜ਼ਿਲ੍ਹਾ ਅਦਾਲਤ ਦੇ ਅੰਦਰ ਪਹੁੰਚੇ ਨੇ, ਜਿੱਥੇ ਉਹਨਾਂ ਵੱਲੋਂ ਅਦਾਲਤ ਦੇ ਅੰਦਰ ਪੇਸ਼ ਹੋ ਕੇ ਜਿਹੜੀ ਆਪਣੀ ਹਾਜ਼ਰੀ ਦਰਜ ਕਰਾਈ ਗਈ ਹੈ। ਜਿਨ੍ਹਾਂ ਵੱਲੋਂ ਜਿਹੜੀ ਚਲਾਨ ਦੀ ਕਾਪੀ ਦੱਸਦੀ ਹੈ ਕਿ ਪਿਛਲੀ 20 ਤਰੀਕ ਨੂੰ ਜਿਹੜਾ ਪੁਲਿਸ ਵੱਲੋਂ ਇਸ ਮਾਮਲੇ ਦੇ ਅੰਦਰ ਚਲਾਨ ਪੇਸ਼ ਕੀਤਾ ਗਿਆ ਸੀਗਾ, ਜਿਸ ਤੋਂ ਬਾਅਦ ਅੱਜ ਚਲਾਨ ਦੀ ਕਾਪੀ ਸੁਖਪਾਲ ਸਿੰਘ ਖਹਿਰਾ ਨੂੰ ਜਿਹੜੀ ਮਿਲੀ ਹੈ, ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਹੜਾ ਖੁਦ ਨੂੰ ਬੇਗੁਨਾਹ ਦੱਸਿਆ ਅਤੇ ਜਿਹੜੇ ਇਸ ਦੌਰਾਨ ਜਿਹੜਾ ਰਾਜਨੀਤਿਕ ਗੱਲਾਂ ਦੇ ਉੱਪਰ ਵੀ ਕਈ ਮੁੱਦਿਆਂ ਦੇ ਉੱਪਰ ਜਿਹੜਾ ਸੁਖਪਾਲ ਸਿੰਘ ਖਹਿਰਾ ਬੋਲੇ ਨੇ, ਜਿਨ੍ਹਾਂ ਦਾ ਸਿੱਧਾ ਕਹਿਣਾ ਹੈ ਕਿ ਜਿਹੜਾ ਕਾਂਗਰਸ ਗਠਜੋੜ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਗਠਜੋੜ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਉਹਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਨੇ ਜਿਹੜਾ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜਨ ਦੀਆਂ ਜਿਹੜਾ ਐਲਾਨ ਕਰ ਦਿੱਤਾ ਹੈ, ਪਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਅੰਦਰ ਜੇਕਰ ਪੰਜਾਬ ਦੇ ਅੰਦਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ ਅਲੱਗ ਲੜਦੇ ਨੇ ਤਾਂ ਉਹ ਜਿਹੜੀਆਂ ਵੋਟਾਂ ਨੇ ਉਹ ਖਾਤੇ ਜਿਹੜਾ ਇੰਡੀਆ ਅਲਾਇੰਸ ਦੇ ਜਾਣਗੀਆਂ। ਫਿਲਹਾਲ ਖੁਦ ਨੂੰ ਜਿਹੜਾ ਇਹ ਬੇਗੁਨਾਹ ਦੱਸ ਰਹੇ ਨੇ ਇਸ ਮਾਮਲੇ ਦੇ ਅੰਦਰ, ਜਿਹੜਾ ਕਹਿ ਰਹੇ ਨੇ ਕਿ ਅਦਾਲਤ ਵੱਲੋਂ ਉਹਨਾਂ ਨੂੰ ਬੇਗੁਨਾਹ ਜਿਹੜਾ ਨਿਕਲ ਕੇ ਸਾਹਮਣ ਕੇ ਬਾਹਰ ਆਉਣਗੇ, ਅਤੇ ਕੋਈ ਵੀ ਇਸ ਮਾਮਲੇ ਦੇ ਅੰਦਰ ਕੋਈ ਆਧਾਰ ਨਹੀਂ ਹੈ ਜਿਸ ਦੇ ਬਿਨਾਹ 'ਤੇ ਜਿਹੜਾ ਉਹਨਾਂ ਨੂੰ ਦੋਸ਼ੀ ਦੱਸਿਆ ਜਾ ਰਿਹਾ। ਕਿਸ ਮਾਮਲੇ ਦੇ ਅੰਦਰ ਸੀਗੀ ਇਹ ਪੇਸ਼ੀ ਜੀ? ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਗੈਰ ਹਾਜ਼ਰੀ ਚਲਾਨ ਪੇਸ਼ ਕੀਤਾ ਸੀਗਾ। ਉਹ ਚਲਾਨ ਪੇਸ਼ ਕਰਨ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਨੇ ਸੰਮਨ ਸੁਖਪਾਲ ਖਹਿਰਾ ਨੂੰ ਪੇਸ਼ ਹੋਣ ਲਈ ਦਿੱਤਾ ਸੀਗਾ, ਜਾਰੀ ਕੀਤਾ ਸੀ। ਉਸ ਸੰਮਨ ਦੀ ਤਮੀਲ ਕਰਦੇ ਹੋਏ ਸੁਖਪਾਲ ਖਹਿਰਾ ਅੱਜ ਪੇਸ਼ ਹੋਏ ਸੀ। ਅੱਜ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ 207 CRPC ਦੇ ਅਕੋਰਡਿੰਗਲੀ ਉਹਨਾਂ ਨੂੰ ਚਲਾਨ ਦੀ ਨਕਲਾਂ, ਵੱਡਾ ਸਾਰਾ ਸੈੱਟ ਆ, ਉਹ ਸਾਰਾ ਕੰਪਲੀਟ ਦੇ ਦਿੱਤਾ। ਹੁਣ ਅਸੀਂ ਉਹ ਸਾਰੇ ਚਲਾਨ ਦੀ ਨਕਲਾਂ ਸਕਰੂਟਨੀ ਕਰਾਂਗੇ, ਪਹਿਲੇ ਸਾਰੇ ਡਾਕੂਮੈਂਟ ਕੰਪਲੀਟ ਨੇ, ਸੈਕੰਡਲੀ ਉਸ ਡਾਕੂਮੈਂਟ ਨੂੰ ਪੜ੍ਹ ਕੇ ਵੀ ਫਿਰ ਅੱਗੇ ਫਰਦਰ ਆਰਗੂਮੈਂਟਸ ਕਰਾਂਗੇ ਕਿ ਉਹਦੇ ਖਿਲਾਫ਼ ਜੁਰਮ ਬਣਦਾ ਜਾਂ ਨਹੀਂ ਬਣਦਾ, ਇਹਦੇ ਬਾਰੇ ਫਰਦਰ ਅਗਲੀ ਡੇਟ। ਵੈਸੇ ਫਿਲਹਾਲ ਇੱਕ ਪਰਸੋਂ ਡੇਟ ਰੱਖੀ ਹੈ ਕਿਉਂਕਿ ਦੂਸਰਾ ਮੁਲਜ਼ਮ ਇੱਕ ਅੱਗੇ ਆਲਰੇਡੀ ਚਲਾਨ ਚੱਲ ਰਿਹਾ ਕਾਰਬਨ ਅਨਿਲ ਕੁਮਾਰ, ਉਹਦੀ ਪਰਸੋਂ ਡੇਟ ਹੈ, ਇਸ ਲਈ ਉਹਦੇ ਨਾਲ ਕਲੱਬ ਹੋ ਕੇ ਅੱਗੇ ਫਰਦਰ ਪ੍ਰੋਸੀਡ ਜੋ ਮਾਣਯੋਗ ਅਦਾਲਤ ਕਰੇਗੀ ਉਹਦੇ ਅਕੋਰਡਿੰਗ ਤੁਹਾਨੂੰ ਡੇਟ ਦੱਸ ਦਿੱਤੀ ਹੈ। ਕਿੰਨੇ ਬੰਦਿਆਂ ਦਾ ਜਿਹੜਾ ਚਲਾਨ ਪੇਸ਼ ਕੀਤਾ ਗਿਆ? ਗੁਰਪ੍ਰੀਤ ਗੋਪੀ ਅਤੇ ਸੁਖਪਾਲ ਖਹਿਰਾ ਦਾ ਦੋ ਜਣੇ ਰਹਿੰਦੇ ਚਲਾਨ ਪੇਸ਼ ਕਰਨਾ, ਕਿਉਂਕਿ ਤੀਸਰਾ ਕਸ਼ਮੀਰ ਸਿੰਘ ਬਿੱਲਾ ਸੀਗਾ ਜਿਹੜਾ ਅਰੈਸਟ ਕੀਤਾ, ਲੇਕਿਨ ਉਹਨੂੰ ਪੁਲਿਸ ਨੇ ਬੇਗੁਨਾਹ ਕਰਕੇ ਉਹਨੂੰ ਕਸਟਡੀ ਤੋਂ ਰਿਹਾਅ ਕਰਾਇਆ ਕਿ ਉਹ ਸਾਨੂੰ ਨਹੀਂ ਚਾਹੀਦਾ। ਹੁਣ ਸੁਖਪਾਲ ਖਹਿਰਾ ਅਤੇ ਗੁਰਪ੍ਰੀਤ ਗੋਪੀ ਦੇ ਖਿਲਾਫ਼ ਚਲਾਨ, ਇਹਦੇ 'ਚ ਪੁਲਿਸ ਕੀ ਕਹਿ ਰਹੀ ਹੈ ਜੀ ਕਿ ਚਲਾਨ ਦੇ ਵਿੱਚ ਕੀ ਕਿਹਾ ਜਾ ਰਿਹਾ? ਦੇਖੋ, ਚਲਾਨ ਕਾਫੀ ਵੱਡਾ ਸਾਰਾ ਚਲਾਨ ਹੈ, ਚਲਾਨ ਨੂੰ ਪੜ੍ਹਨ ਤੋਂ ਬਾਅਦ ਜੋ ਅਪਡੇਟ ਹੋਏਗਾ ਤੁਹਾਨੂੰ ਮੈਂ ਟਾਈਮ ਟੂ ਟਾਈਮ ਦੱਸ ਦਿੱਤਾ। ਕਿੰਨੇ ਪੇਜਾਂ ਦਾ ਅੰਦਾਜ਼ਾ? ਦੇਖੋ, ਟੂ ਮਾਈ ਮੈਂਡ ਮੇਰੇ ਖਿਆਲ ਨਾਲ 2000 ਪੇਜਾਂ ਦਾ ਚਲਾਨ ਹੋਏਗਾ, ਲੇਕਿਨ ਉਹਨੂੰ ਸਾਰੇ ਚੈੱਕ ਕਰਨ ਤੋਂ ਬਾਅਦ ਜੋ ਤੁਹਾਡੇ ਨੂੰ ਅਪਡੇਟ ਹੋਏਗਾ ਤੁਹਾਨੂੰ ਜ਼ਰੂਰ ਸਾਂਝਾ ਕੀਤਾ ਜਾਏਗਾ ਤੁਹਾਡੇ ਨਾਲ। ਜੇ ਹੁਣ ਦੀ ਥਿਊਰੀ ਦੀ ਇਹਨਾਂ ਦੀ ਪੁਲਿਸ ਦੀ ਥਿਊਰੀ ਦੀ ਗੱਲ ਕਰ ਲਈ ਤਾਂ ਇਹਦੇ 'ਚ ਕੀ ਤੱਥ ਰੱਖ ਕੀ ਰਹੀ ਹੈ ਕੇਸ? ਦੇਖੋ, ਬੇਸਿਕਲੀ ਤਾਂ ਸਟੋਰੀ ਤਾਂ ਉਹੀ ਹੈ ਕਿ ਸੁਖਪਾਲ ਖਹਿਰਾ ਦੇ ਖਿਲਾਫ਼ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ। ਸੁਖਪਾਲ ਖਹਿਰਾ ਨੂੰ ਅੱਗੇ ਨਾਮਜ਼ਦ ਕੀਤਾ ਗਿਆ ਬਿਆਨਾਂ ਦੇ ਆਧਾਰ 'ਤੇ, ਉਹਦੇ ਖਿਲਾਫ਼ ਕੋਈ ਨਵੀਂ ਐਵੀਡੈਂਸ ਕੋਈ ਕਲੈਕਟ ਕੀ ਕੀਤੀ ਹੈ ਇਹ ਚਲਾਨ ਨੂੰ ਪੜ੍ਹ ਕੇ ਪਤਾ ਲੱਗੇ। ਸਰ, ਕਿਹਾ ਜਾ ਰਿਹਾ ਕਿ ਪੈਸਿਆਂ ਦਾ ਲੈਣ ਦੇਣ ਮਾਮਲੇ? ਕੋਈ ਐਸੀ ਕੋਈ ਐਵੀਡੈਂਸ ਨਹੀਂ, ਕਿਉਂਕਿ ਆਪਾਂ ਲਗਾਤਾਰ ਤੁਸੀਂ ਸਾਡੇ ਨਾਲ ਪੇਸ਼ ਹੁੰਦੇ ਰਹੇ ਜਦੋਂ ਤੁਹਾਨੂੰ ਅਪਡੇਟ ਦਿੰਦੇ ਰਹੇ ਜਲਾਲਾਬਾਦ ਕੋਰਟ 'ਚ, ਕੋਈ ਐਸੀ ਐਵੀਡੈਂਸ ਨਹੀਂ ਕਦੀ ਸੁਖਪਾਲ ਖਹਿਰਾ ਕੋਲ ਕੋਈ ਰਿਕਵਰੀ ਹੋਈ ਹੋਵੇ ਇਸ ਕੇਸ 'ਚ, ਕੋਈ ਪੈਸਿਆਂ ਦੀ ਰਿਕਵਰੀ ਨਹੀਂ ਸੁਖਪਾਲ ਖਹਿਰਾ ਕੋਲ, ਨਾ ਇਹਨਾਂ ਨੇ ਤੁਹਾਡੇ ਸਾਹਮਣੇ ਰਿਮਾਂਡ ਹੁੰਦਾ ਮਾਣਯੋਗ ਅਦਾਲਤ ਨੇ ਜਲਾਲਾਬਾਦ ਅਦਾਲਤ ਨੇ ਉਹਨਾਂ ਦਾ ਖਾਰਿਜ ਕਰ ਦਿੱਤਾ ਸੀ, ਉਹਦੀ ਰਿਵੀਜ਼ਨ ਕਰਨ ਤੋਂ ਬਾਅਦ ਫਿਰ ਦੁਬਾਰਾ ਕਸ਼ਮੀਰ ਸਿੰਘ ਬਿੱਲੇ ਦੇ ਨਾਮ 'ਤੇ ਰਿਮਾਂਡ ਲਿਆ ਸੀ, ਕਿਉਂਕਿ ਹੁਣ ਕ੍ਰਾਸ ਕੁਸ਼ਚਨਿੰਗ ਕਰਨੀ ਹੈ, ਲੇਕਿਨ ਉਹ ਕਸ਼ਮੀਰ ਸਿੰਘ ਬਿੱਲਾ ਪੁਲਿਸ ਦਾ ਆਦਮੀ ਸੀਗਾ, ਹੁਣ ਤਾਂ ਸਾਬਤ ਹੀ ਹੋ ਗਿਆ ਕੋਈ ਕਸ਼ਮੀਰ ਸਿੰਘ ਬਿੱਲਾ ਨੂੰ ਕਸਟਡੀ 'ਚ ਰਿਹਾਅ ਕਰਾਇਆ ਇਹਨਾਂ ਨੇ ਆਪ, ਜਿਹੜਾ ਪ੍ਰਾਈਮ ਅਕਿਊਜ਼ ਸੀਗਾ ਕਸ਼ਮੀਰ ਸਿੰਘ ਬਿੱਲਾ ਜਿਹੜਾ ਕਿ ਕੇਸਾਂ 'ਚ ਵਾਂਟਿਡ ਸੀਗਾ, ਉਹਨਾਂ ਨੂੰ ਰਿਹਾਅ ਕਰਾਤਾ। ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਕੋਈ ਟਰੈਕ ਰਿਕਾਰਡ ਨਹੀਂ, ਕੁਛ ਨਹੀਂ, ਉਹਨੂੰ ਇਸ ਕੇਸ ਗ੍ਰਾਇੰਡ ਕਰ ਰਹੀ ਪੁਲਿਸ ਕਰ। ਲੱਗਦਾ ਸਰਕਾਰ ਜਿਹੜਾ ਸ਼ਿਕੰਜਾ ਕਸ਼ਣ ਦੀ ਕੋਸ਼ਿਸ਼ ਕਰਦੀ ਹੈ? ਦੇਖੋ, ਤੁਹਾਨੂੰ ਵੀ ਪਤਾ ਕਿ ਜਿਸ ਦਿਨ ਇਹਨਾਂ ਦੇ ਮਾਣਯੋਗ ਹਾਈਕੋਰਟ ਤੋਂ ਬੇਲ ਹੋਈ ਸੀ, ਬੇਲ ਬੌਂਡ ਭਰ ਕੇ ਇਹਨਾਂ ਰਿਹਾਅ ਕਰਨਾ ਸੀਗਾ, ਰਾਤ ਨੂੰ 3 ਵਜੇ ਪਰਚਾ ਦਰਜ ਕਰਕੇ ਚੱਕ ਕੇ ਲੈ ਗਏ ਸੀ ਉੱਥੋਂ। ਇਹ ਪੁਲਿਸ ਦੀ ਬਿੱਲੀ ਚੁਗੇਲ ਦੌੜ ਚੱਲ ਰਹੀ ਹੈ।
ਤੇ ਹੁਣ ਕੀ ਰਹੇਗਾ ਜੀ, ਕਿਹੜੀ ਤਰੀਕ ਦੇ ਅੰਦਰ ਹੁਣ ਪੇਸ਼ ਹੋਣਗੇ? ਦੇਖੋ ਪਰਸੋਂ ਨਵੀਂ ਡੇਟ ਮਿਲੇਗੀ, ਉਹ ਡੇਟ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰ ਦਾਂਗੇ ਜਿਹੜੀ ਡੇਟ ਮਿਲੇਗੀ। ਕੀ ਆਪਣੇ ਖੈਰਾ ਸਾਹਿਬ ਜੀ ਪਰਸੋਂ ਵਾਸਤੇ ਨਹੀਂ ਆਉਣਗੇ? ਪਰਸੋਂ ਵਾਸਤੇ ਨਹੀਂ ਆਉਣਗੇ। ਖੈਰਾ ਸਾਹਿਬ ਅੱਜ ਦੀ ਤਰੀਕ ਦੇ ਅੰਦਰ ਕੀ ਫੈਸਲਾ ਰਿਹਾ, ਕਿਸ ਤਰ੍ਹਾਂ ਤੁਸੀਂ ਅੱਜ ਪਹੁੰਚੇ? ਦੇਖੋ ਅੱਜ ਤਾਂ ਸਿੰਪਲ ਇੱਕ ਮੈਨੂੰ ਚਲਾਨ ਦੀ ਕਾਪੀ ਪ੍ਰੋਵਾਈਡ ਕਰਨੀ ਸੀ ਕੋਰਟ ਨੇ, ਦੈਟ ਹੈਜ਼ ਬੀਨ ਪ੍ਰੋਵਾਈਡਿਡ। ਔਰ ਕੇਸ ਮੁਤਲਕ ਤਾਂ ਮੈਂ ਸਿਰਫ ਇੰਨਾ ਕਹੂੰਗਾ ਕਿਉਂਕਿ ਕੇਸ ਸਬ ਜੁਡਿਸ ਹੈਗਾ ਔਰ ਹਾਈ ਕੋਰਟ ਦੇ ਆਦੇਸ਼ ਹੈ ਕਿ ਮੈਂ ਬਹੁਤ ਜ਼ਿਆਦਾ ਡਿਟੇਲਸ ਵਿੱਚ ਲੋਕਾਂ ਦੀ ਕਚਹਿਰੀ 'ਚ ਜਾਂ ਪਬਲਿਕ ਮੀਡੀਆ ਦੇ ਵਿੱਚ ਨਹੀਂ ਰੱਖਣਾ। ਸੋ ਮੈਂ ਨਿਆਂਪਾਲਿਕਾ ਦਾ ਆਦਰ ਕਰਦਾ, ਆਈ ਐਮ ਲੋਅ ਅਬਾਈਡਿੰਗ ਸਿਟੀਜ਼ਨ ਐਂਡ ਆਈ ਹੈਵ ਫੁੱਲ ਫੇਥ ਇਨ ਦਾ ਜੁਡੀਸ਼ਰੀ, ਬਿਕੋਜ਼ ਅਗਰ ਮੈਂ ਅੱਜ ਤੁਹਾਡੇ ਸਾਹਮਣੇ ਆਜ਼ਾਦ ਬੈਠਾਂ ਤਾਂ ਉਹ ਇਸ ਨਿਆਂਪਾਲਿਕਾ ਦੇ ਹੁਕਮਾਂ ਦੇ ਕਰਕੇ ਹੀ ਆ ਜੀ। ਸਰ ਚਲਾਨ ਦੀ ਕਾਪੀ ਮਿਲੀ ਹੈ, ਕੀ ਪੁਲਿਸ ਨੇ ਉਹਦੇ ਤੱਥ ਰੱਖੇ ਨੇ? ਹਾਲੇ ਮੈਂ ਦੇਖ ਹੀ ਨਹੀਂ ਸਕਿਆ ਨਾ, ਇਟਸ ਵੋਲਿਊਮਨਸ ਹੁੰਦੇ ਪੇਪਰਸ ਨਾ, ਲੰਬੇ ਚੌੜੇ ਹੁੰਦੇ ਆ, ਤਾਂ ਮੈਂ ਜਿੱਦਾਂ ਕਿਹਾ ਕਿ ਅਗਰ ਮੈਂ ਦੇਖੂੰਗਾ ਸਟੱਡੀ ਕਰੂੰ, ਬਟ ਇਹ ਗੱਲਾਂ ਹੁਣ ਮੈਂ ਮੀਡੀਆ ਦੇ ਵਿੱਚ ਰੱਖਣ ਤੋਂ ਮੈਨੂੰ ਮਤਲਬ ਵਰਜਿਤ ਕੀਤਾ ਗਿਆ ਵਾ, ਸੋ ਆਈ ਵਿਲ ਨੋਟ ਬੀ ਟਾਕਿੰਗ ਮੱਚ ਅਬਾਊਟ ਇਟ। ਤੁਸੀਂ ਪੋਲੀਟੀਕਲ ਮੇਰੇ ਨਾਲ ਗੱਲ ਪੁੱਛੋ ਨਾ, ਉਹਦੇ ਬਾਰੇ ਗੱਲ ਕਰ। ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਦੀ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਨਜ਼ਰੀਆ? ਪਹਿਲਾਂ ਤਾਂ ਅੱਜ ਦਾ ਇਕੱਠ ਹੀ ਦੇਖ ਲਓ, ਜਿਹੜਾ ਭਾਨੇ ਸਿੱਧੂ ਦੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਵਿੱਚ ਹੋ ਰਿਹਾ, ਮੈਂ ਇਸ ਤੋਂ ਬਾਅਦ ਉੱਥੇ ਸਿੱਧਾ ਚੱਲਿਆ ਵਾਂ। ਜਿਹੜੀ ਪਾਰਟੀ ਇੱਕ ਬਹੁਤ ਵੱਡੇ ਅਸੂਲਾਂ ਦੀ ਰਾਜਨੀਤੀ ਦੀ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਆਈ, ਸੱਤਾ ਦਿੱਤੀ, ਲੋਕਾਂ ਨੇ ਯਕੀਨ ਕਰਤਾ ਵੀ ਅੱਛਾ ਬਦਲਾਵ ਲੈ ਕੇ ਆਉਣਗੇ, 92 MLA ਜਿਤਾ ਤੇ ਲੈਂਡਸਲਾਈਡ ਵਿਕਟਰੀ ਦਿੱਤੀ। ਸੋ ਮੈਂ ਬਾਕੀ ਗੱਲਾਂ ਤਾਂ ਹਾਲੇ ਬਾਅਦ 'ਚ ਕਰ ਲੈਣਾ, ਲੰਬੀਆਂ ਗੱਲਾਂ ਸ਼ਾਇਦ ਨਹੀਂ ਕਰਦਾ, ਪਰ ਕੀ ਆਪਣੇ ਪੋਲੀਟੀਕਲ ਅਪੋਨੈਂਟਸ ਨੂੰ ਜਾਂ ਐਕਟੀਵਿਸਟ ਨੇ, ਚਾਹੇ ਉਹ ਭਾਨਾ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ ਹੈ, ਚਲੋ ਜਾਂ ਪੋਲੀਟੀਕਲ ਅਪੋਨੈਂਟਸ ਨੇ, ਕੀ ਭਗਵੰਤ ਮਾਨ ਦਾ ਹੁਣ ਇੱਕ ਹੀ ਏਜੰਡਾ ਰਹਿ ਗਿਆ ਪੰਜਾਬ ਦੇ ਵਿੱਚ? ਨਿੱਤ ਦਿਨ ਆਪਣੇ ਸਿਆਸੀ ਵਿਰੋਧੀਆਂ 'ਤੇ ਪਰਚੇ ਕਰਨੇ, ਫਿਰ ਅਗਰ ਇੱਕ ਪਰਚੇ ਵਿੱਚ ਬੇਲ ਮਿਲਦੀ ਆ ਫਿਰ ਦੂਜਾ ਪਰਚਾ ਕਰਨਾ, ਜੇ ਉਹਦੇ 'ਚ ਬੇਲ ਮਿਲ ਜਾਂਦੀ ਫਿਰ ਤੀਜਾ ਪਰਚਾ ਕਰ ਦੇਣਾ, ਐਂਡ ਆਲ ਦੀਸ ਕੇਸਿਸ ਆਰ ਫ੍ਰਿਵਲਸ। ਚਲੋ ਮੈਂ ਆਪਣੀ ਗੱਲ ਤਾਂ ਅੱਜ ਨਹੀਂ ਕਰਦਾ, ਲੇਕਿਨ ਭਾਨੇ ਸਿੱਧੂ ਦੇ ਇੱਕ ਪਹਿਲਾਂ 10,000 ਰੁਪਏ ਦਾ ਇਲਜ਼ਾਮ, ਜਿਹੜਾ ਆਦਮੀ ਲੁਕਿੰਗ ਕੈਮਰਾਜ਼ 'ਤੇ ਆਣ ਕੇ ਕਹਿ ਰਹੇ ਨੇ ਜੀ ਕਿ ਸਾਡੇ ਲੱਖਾਂ ਰੁਪਏ ਵਾਪਸ ਕਰਾਇਆ, ਜੀ ਕੋਈ ਕਹਿੰਦਾ ਮੇਰਾ 20 ਲੱਖ ਕਰਾਇਆ, ਜੀ ਮੇਰਾ 15 ਲੱਖ ਰੁਪਇਆ ਕਰਾਇਆ, ਉਹ 10,000 ਰੁਪਇਆ ਰਿਸ਼ਵਤ ਲਊਗਾ? ਔਰ 10,000 ਅੱਜ ਦੇ ਯੁੱਗ ਵਿੱਚ ਇਟਸ ਲਾਈਕ, ਸੋਰੀ ਟੂ ਸੇ, ਮਤਲਬ ਬਹੁਤ ਛੋਟਾ ਜਿਹਾ ਅਮਾਊਂਟ ਆ। ਫਿਰ ਉਹਦੇ ਤੋਂ ਬਾਅਦ ਚੇਨ ਸਨੈਚਿੰਗ, ਫਿਰ ਅਬੋਹਰ ਦੇ ਵਿੱਚ ਕੋਈ ਤੀਸਰਾ ਪਰਚਾ, ਮਤਲਬ ਅੱਜ ਦੀ ਡੇਟ ਵਿੱਚ ਐਨ ਸਾਫ਼ ਨਜ਼ਰ ਆਉਣ ਲੱਗ ਗਿਆ ਕਿ ਭਗਵੰਤ ਮਾਨ ਦਾ ਜਿਹੜਾ ਕ੍ਰਿਟੀਸਿਜ਼ਮ ਸਹਿਣ ਦਾ ਮਾਦਾ ਬਿਲਕੁਲ ਨਾ ਮਾਤਰ ਹੋ ਗਿਆ, ਔਰ ਪੁਲਿਸ ਦਾ ਦੁਰਉਪਯੋਗ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੋ ਰਿਹਾ। ਐਂਡ ਆਈ ਐਮ ਆਲਸੋ ਸੋਰੀ ਕਿ ਪੁਲਿਸ ਇਸ ਤਰ੍ਹਾਂ ਕਿਉਂ ਕਰ ਰਹੀ ਹੈ, ਪੁਲਿਸ ਇਜ਼ ਟੂ ਅਪਹੋਲਡ ਦਾ ਰੂਲ ਆਫ ਲਾਅ ਐਂਡ ਇੰਪਲੀਮੈਂਟ ਦਾ ਰੂਲ ਆਫ ਕੋਨਸਟੀਟਿਊਸ਼ਨ, ਇਟ ਇਜ਼ ਨੋਟ ਟੂ ਬੀ ਵਿਕਟਮਾਈਜ਼ਿੰਗ ਪੀਪਲ ਲਾਈਕ ਦਿਸ। ਸੋ ਅਸੀਂ ਉਹਨਾਂ ਦੇ ਕੱਠ 'ਚ ਚੱਲੇ ਹਾਂ, ਔਰ ਮੈਂ ਭਗਵੰਤ ਨੂੰ ਇਹੀ ਕਹੂੰਗਾ ਕਿ ਮੇਰਾ ਐਕਸ ਕੁਲੀਗ ਰਿਹਾ ਵਾ ਕਿ ਇਸ ਏਜੰਡੇ ਨੂੰ ਛੱਡ ਦੇ, ਇਸ ਨਫ਼ਰਤ ਦੇ ਏਜੰਡੇ ਵਿੱਚ ਕੱਖ ਨਹੀਂ ਰੱਖਿਆ, ਇਹਦੇ 'ਚ ਕੁਛ ਵੀ ਇਹਦੇ 'ਚ ਅਚੀਵਮੈਂਟ ਨਹੀਂ ਹੋਣੀ। ਸਾਡੇ ਜਿਹੜੇ ਬੇਸਿਕ ਇਸ਼ੂਜ਼ ਨੇ ਪੰਜਾਬ ਦੇ, ਜਿਹੜਾ ਸਾਡਾ ਆਬੋ ਹਵਾ ਖਰਾਬ ਹੋ ਰਹੀ ਆ, ਜਿਹੜੇ ਸਾਡੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ, ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਬਸ ਰੰਗਲਾ ਪੰਜਾਬ ਬਣਾ, ਕਹਿਣ ਨਾਲ ਰੰਗਲਾ ਪੰਜਾਬ ਨਹੀਂ ਬਣ ਸਕਦਾ। ਡਾਕਟਰ ਸਾਹਿਬ ਬੈਠੇ ਨੇ ਰਿਨਵਾ, ਅਸੀਂ ਡਿਸਕਸ ਕਰਦੇ ਸੀਗੇ ਕਿ ਮਤਲਬ ਇੱਕ ਹੈਗਾ ਪੰਜਾਬ ਜੋ ਧਰਤੀ ਦੀ ਤਸਵੀਰ ਆ, ਬੇਰੁਜ਼ਗਾਰੀ, ਨਸ਼ੇ, ਕਿਸਾਨਾਂ ਦੀ ਆਤਮ ਹੱਤਿਆਵਾਂ, ਕਤਲੋ ਗਾਰਤ, ਰੂਲ ਮਤਲਬ ਕੰਪਲੀਟ ਕੋਲੈਪਸ ਆਫ ਲਾਅ ਐਂਡ ਆਰਡਰ ਇਨ ਪੰਜਾਬ, ਔਰ ਅਨਸੇਫ ਫੀਲ ਕਰਦੇ। ਇੱਕ ਹੈਗੀ ਆ ਜ਼ਮੀਨੀ ਹਕੀਕਤ, ਇੱਕ ਹੈਗੀ ਜਿਹੜੀ ਸਰਕਾਰ ਪਬਲਿਸਿਟੀ ਰਾਹੀਂ, ਮੀਡੀਆ ਦੇ ਰਾਹੀਂ, ਹਰ ਬਿਜਲੀ ਦੇ ਖੰਭੇ ਦੇ ਉੱਤੇ ਆਪਣਾ ਤਸਵੀਰ ਲਾ ਕੇ ਉਹ ਛੋਟੇ ਛੋਟੀਆਂ ਗੱਲਾਂ ਨੂੰ ਕਲੇਮ ਕਰਨਾ ਚਾਹੁੰਦੇ।
ਸੋ ਇਹ ਬਹੁਤ ਅੰਤਰ ਆ ਜੋ ਉੱਪਰ ਕਿਹਾ ਜਾ ਰਿਹਾ ਅਤੇ ਜੋ ਥੱਲੇ ਮਹਿਸੂਸ ਹੋ ਰਿਹਾ। ਔਰ ਆਮ ਆਦਮੀ ਪਾਰਟੀ ਇੱਕ ਗੱਲ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਅਸੂਲਾਂ 'ਤੇ ਉਹ ਚੱਲ ਕੇ ਆਏ ਸੀਗੇ ਕਿ ਅਸੀਂ VIP ਕਲਚਰ ਖਤਮ ਕਰਾਂਗੇ, ਅਸੀਂ ਜਿਹੜਾ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ, ਅਸੀਂ ਜਿਹੜਾ ਹੈਗਾ ਵਾ ਇੱਕ ਸਾਦਗੀ ਦਾ ਔਰ ਇੱਕ ਇਸ ਇੱਦਾਂ ਦਾ ਰੂਲ ਦਿਆਂਗੇ ਜਿਹੜਾ ਪਹਿਲੀਆਂ ਪਾਰਟੀਆਂ ਨੇ ਜਿਹੜਾ ਉਸਨੂੰ ਗੰਦਲਾ ਕੀਤਾ ਉਸਨੂੰ ਸਾਫ਼ ਕਰਾਂਗੇ। ਅਨਫੋਰਚੁਨੇਟਲੀ ਆਪਣੇ ਹੀ ਅਸੂਲ ਤੋੜ ਦਿੱਤੇ। ਅੱਜ ਤੁਸੀਂ ਭਗਵੰਤ ਸਿੰਘ ਮਾਨ ਦੇ ਨਾਲ ਸਿਕਿਉਰਿਟੀ ਦੇਖਦੇ ਹੋ, ਅਨਪ੍ਰੈਸੀਡੈਂਟਿਡ ਸਿਕਿਉਰਿਟੀ ਆ, ਇੰਨੀ ਸਿਕਿਉਰਿਟੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਲਈ ਅਤੇ ਨਾ ਕੋਈ ਬਾਦਲ ਸਾਹਿਬ ਦੇ ਪਰਿਵਾਰ ਨੇ, ਮੈਂ ਦੇਖੀ ਆ। ਔਰ ਇਸੇ ਤਰ੍ਹਾਂ ਹੀ ਜਿਹੜਾ ਮੈਂ ਕਹਿ ਰਿਹਾ ਸੀਗਾ ਜਹਾਜ਼ਾਂ ਦਾ ਇਸਤੇਮਾਲ, ਇਹ ਆਪ ਹੀ ਟਿਚਰਾਂ ਕਰਦੇ ਹੁੰਦੇ ਸੀ ਕਿ ਜੀ ਇਹ ਹੈਲੀਕਾਪਟਰ ਸਟੇਟ ਦਾ ਜਹਾਜ਼ ਉਡਾ ਰਹੇ ਨੇ ਜੀ, ਅਤੇ ਹੁਣ 35-40 ਕਿਲੋਮੀਟਰ ਵੀ ਜਾਣਾ ਹੁੰਦਾ ਤਾਂ ਹੈਲੀਕਾਪਟਰ। ਔਰ ਸਾਡਾ ਜਹਾਜ਼ ਅਰਵਿੰਦ ਕੇਜਰੀਵਾਲ ਦੀ ਪੋਲੀਟਿਕਸ ਨੂੰ ਪੁੱਟ ਰਹੇ, ਭਗਵੰਤ ਨੂੰ ਤਾਂ ਉੱਦਾਂ ਨਾਲ ਲੈ ਕੇ ਜਾਂਦਾ ਕਿਉਂਕਿ ਜਹਾਜ਼ ਸਾਡਾ ਚਾਹੀਦਾ ਉਹਨਾਂ ਨੂੰ, ਤਾਮਿਲਨਾਡੂ, ਕੇਰਲਾ, ਪਤਾ ਨਹੀਂ ਵੈਸਟ ਬੰਗਾਲ, ਪਾਰਟ ਆਫ ਕੰਟਰੀ ਇਹ ਆ, ਹਾਂ ਸਾਰੇ ਦੇਸ਼ ਵਿੱਚ ਘੁਮਾਈ ਫਿਰਦੇ ਨੇ। ਸੋ ਔਰ ਭ੍ਰਿਸ਼ਟਾਚਾਰ ਇੱਕ ਹੈਗਾ ਖੰਭੇ ਦੇ ਉੱਤੇ ਲਾਉਣਾ ਕਿ ਭ੍ਰਿਸ਼ਟਾਚਾਰ ਖਤਮ ਹੋਏ, ਇੱਕ ਹੈਗਾ ਅੰਦਰ ਥੱਲੇ ਜਾ ਕੇ ਪਤਾ ਕਰਾਉਣਾ। ਵੱਡੇ ਪੱਧਰ ਦੇ ਉੱਤੇ ਹਾਹਾਕਾਰ ਹੈ, ਇਹਨਾਂ ਦੇ MLAs ਦੇ ਉੱਤੇ ਇਲਜ਼ਾਮ ਨੇ, ਸਾਰੇ MLAs ਦੇ ਕੋਈ ਮਾਈਨਿੰਗ 'ਚ ਲੱਗਾ ਹੋਇਆ, ਕੋਈ ਕੇਬਲ ਨੈਟਵਰਕ ਖੂਨ ਦੇ ਉੱਤੇ ਲੱਗਿਆ ਹੋਇਆ, ਕੋਈ ਜਿਹੜਾ ਹੈਗਾ ਸ਼ਰਾਬ ਦੇ ਠੇਕਿਆਂ ਵਿੱਚ ਲੱਗਿਆ ਹੋਇਆ, ਕੋਈ ਆਪਣਾ ਲੱਗਿਆ ਹੋਇਆ ਰੀਅਲ ਇਸਟੇਟ ਮਾਫੀਆ ਬਣਿਆ ਹੋਇਆ। ਅਗਰ ਕਿਤੇ ਕੋਈ ਭਗਵੰਤ ਆਪਣੇ MLAs ਦੀ ਜਾਂਚ ਕਰਾ ਦੂਗਾ ਤਾਂ ਉਹਨੂੰ ਪਤਾ ਲੱਗੂਗਾ ਕਿ ਮਗਰਲੇ ਪਾਰਟੀਆਂ ਦਾ ਰਿਕਾਰਡ ਤੋੜ ਕੇ ਉਹ ਹੜ ਭਰੇ ਨੇ ਲੋਕਾਂ ਦੇ ਅਧਿਕਾਰਾਂ ਉਹ। ਸੋ ਇੱਦਾਂ ਦੀਆਂ ਬਹੁਤ ਗੱਲਾਂ ਨੇ। ਸੋ ਮੈਂ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਕਿੰਨੇ ਪੋਜ਼ਿਟਿਵ ਕੰਮ ਕਰਨ ਵਾਲੇ ਨੇ, ਮਤਲਬ ਇਹ ਚਾਹੇ ਲੱਖ ਕਹਿਣ ਕਿ ਅਸੀਂ ਐਜੂਕੇਸ਼ਨ ਸੁਧਾਰ ਤਾਂ, ਹਾਲੇ ਵੀ ਉਹਦੇ 'ਚ ਸੁਧਾਰ ਬਹੁਤ ਬਾਕੀ ਪਿਆ ਵਾ, ਉਹ ਮੁਕੰਮਲ ਨਹੀਂ ਹੋਇਆ। ਹੈਲਥ ਕੇਅਰ ਵਿੱਚ ਬਹੁਤ ਜ਼ਿਆਦਾ ਸੁਧਾਰ ਆ, ਲਫ਼ਜ਼ਾਂ ਵਿੱਚ ਨਹੀਂ। ਸਾਡੇ ਬੇਰੁਜ਼ਗਾਰ ਬੱਚੇ ਤੁਸੀਂ ਦੇਖੋ, ਇਹ ਕਹਿ ਰਹੇ ਜੀ ਕਿ ਅਸੀਂ 30-35,000 ਨੂੰ ਨੌਕਰੀ ਦਿੱਤੀ, ਅੱਛਾ ਕੀਤਾ ਜੇ ਨੌਕਰੀ ਦਿੱਤੀ ਹੈ ਜੀ, ਪਰੰਤੂ ਮੇਰਾ ਮੰਨਣਾ ਕਿ 3 ਕਰੋੜ ਆਬਾਦੀ 'ਚੋਂ ਜਦ ਆਪਾਂ ਗੱਲ ਕਰ ਰਹੇ ਹਾਂ ਤਾਂ 25 ਲੱਖ ਦੇ ਲਾਗੇ ਬੇਰੁਜ਼ਗਾਰ ਨੌਜਵਾਨ ਘੁੰਮ ਰਹੇ ਨੇ, 25 ਲੱਖ। 30,000 ਨੂੰ ਤੁਸੀਂ ਨੌਕਰੀ ਦਿੱਤੀ, ਵਾਟ ਅਬਾਊਟ 24,70,000 ਕਿੱਥੇ ਜਾਊਗਾ? ਉਹ ਵਿਦੇਸ਼ਾਂ 'ਚ ਜਾ ਰਿਹਾ ਵਾ, ਔਰ ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਨੇ ਉਹ ਸਾਰਾ ਕੁਛ ਹੀ ਨਾਲ ਲੈ ਕੇ ਜਾ ਰਹੇ ਨੇ। ਡੋਂਟ ਜਸਟ ਇਮੈਜਿਨ ਕਿ ਹਿਊਮਨ ਰਿਸੋਰਸ ਜਾ ਰਿਹਾ, ਇਕੋਨਮੀ ਅਰੋਡ ਹੋ ਰਹੀ। ਮੈਂ ਪੜ੍ਹ ਰਿਹਾ ਸੀ ਕਿਤੇ ਸ਼ਾਇਦ ਇਕੱਲੇ ਕੈਨੇਡਾ ਵਿੱਚ 1 ਲੱਖ ਨੌਜਵਾਨ ਜਾ ਰਿਹਾ। ਜਸਟ ਇਮੈਜਿਨ ਅਗਰ 1 ਲੱਖ ਨੌਜਵਾਨ ਸਾਡਾ, ਚਾਹੇ ਉਹ ਪੜ੍ਹਾਈ ਦੇ ਆਧਾਰ 'ਤੇ ਜਾ ਰਿਹਾ ਚਾਹੇ ਵਰਕ ਪਰਮਿਟ 'ਤੇ, ਉਹ ਅਗਰ 20 ਲੱਖ ਰੁਪਇਆ ਵੀ ਇੱਕ ਨੌਜਵਾਨ ਲੈ ਕੇ ਜਾਂਦਾ, 1 ਲੱਖ ਨੂੰ 20 ਲੱਖ ਨਾਲ ਤੁਸੀਂ ਮਲਟੀਪਲਾਈ ਕਰਕੇ ਦੇਖੋ, ਮੈਂ ਤਾਂ ਗਿਣੀ ਨਹੀਂ ਸਕਦਾ। ਸਾਡਾ ਮਤਲਬ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਇਕੋਨਮੀ ਏਰੋਡ ਹੋ ਗਈ ਆ। ਸੋ ਉਸ ਨੂੰ ਕਿੱਦਾਂ ਰੋਕਣਾ ਵਾ? ਆਪਣੇ ਨੌਜਵਾਨਾਂ ਨੂੰ ਇੱਥੇ ਬੈਟਰ ਓਪਰਚੁਨਿਟੀ, ਸਾਰਾ ਕੁਛ ਸਰਕਾਰ ਨੌਕਰੀ ਨਹੀਂ ਦੇ ਸਕਦੀ, ਖੇਤੀ ਨੂੰ ਕਿੱਦਾਂ ਪ੍ਰਫੁੱਲਿਤ ਕਰਨਾ, ਇੰਡਸਟਰੀ ਨੂੰ ਕਿੱਦਾਂ ਠੀਕ ਕਰਨਾ, ਕੀ ਅਸੀਂ ਸਾਡੇ 'ਚ ਹਿੰਮਤ ਹੈ ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਖੋਲ ਬਿਜ਼ਨਸ ਦਾ ਬਾਰਡਰ ਖੋਲਣ ਦੇ ਨੂੰ ਪ੍ਰੋਪਗੇਟ ਕਰ ਸਕਦੇ ਹਾਂ, ਕੀ ਅਸੀਂ ਕਣਕ ਝੋਨੇ ਦੀ ਡਾਇਵਰਸੀਫਿਕੇਸ਼ਨ ਖਾਸ ਤੌਰ 'ਤੇ ਝੋਨੇ ਨੂੰ ਰਿਪਲੇਸ ਕਰ ਸਕਦੇ ਹਾਂ ਤਾਂ ਕਿ ਸਾਡਾ ਧਰਤੀ ਦਾ ਪਾਣੀ ਬਚ ਸਕੇ। ਇੱਦਾਂ ਦੀਆਂ ਕਿੰਨੀਆਂ ਚੀਜ਼ਾਂ ਨੇ ਜਿਹੜੇ ਗੈਰ ਪੰਜਾਬ ਤੋਂ ਬਾਹਰੋਂ ਇੱਥੇ ਆ ਰਹੀ ਹੈ, ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਚੇਂਜ ਹੋ ਰਹੀ ਹੈ ਓਵਰ ਅ ਪੀਰੀਅਡ ਆਫ ਟਾਈਮ। ਕੀ ਆਰ ਵੀ ਇੰਟਰਸਟਿਡ, ਮੈਂ ਬਿੱਲ ਰੱਖਿਆ ਹੋਇਆ ਕਿ ਆਰ ਵੀ ਇੰਟਰਸਟਿਡ ਟੂ ਮੇਕ ਅ ਲਾਅ ਜਿੱਦਾਂ ਹਿਮਾਚਲ ਪ੍ਰਦੇਸ਼ ਨੇ ਬਣਾਇਆ ਹੋਇਆ, ਜਾਂ ਗੁਜਰਾਤ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਨੇ ਬਣਾਇਆ ਹੋਇਆ, ਜਾਂ ਰਾਜਸਥਾਨ ਜਾਂ ਹੋਰ ਸਟੇਟਾਂ 'ਚ, ਜਿਹਦੇ ਨਾਲ ਅਸੀਂ ਆਪਣੀ ਹੋਂਦ ਨੂੰ ਬਚਾ ਸਕੀਏ। ਪੰਜਾਬ ਸਾਰੇ ਦੇਸ਼ ਲਈ ਖੁੱਲ੍ਹਾ ਵਾ, ਕੰਮ ਕਰੋ ਜੀ, ਸੱਦ ਕੇ ਆਣ ਕੇ ਪੈਸੇ ਕਮਾਓ, ਬਟ ਜਿਸ ਤਰ੍ਹਾਂ ਦੂਸਰੀਆਂ ਸਟੇਟਸ ਨੇ ਆਪਣੀ ਹੋਂਦ ਨੂੰ ਪ੍ਰੋਟੈਕਟ ਕੀਤਾ ਔਰ ਸਰਟਨ ਕੰਡੀਸ਼ਨਸ ਲਾਈਆਂ ਕਿ ਅਸੀਂ ਉਹ ਕੰਡੀਸ਼ਨਸ ਲਾਉਣ ਵਾਸਤੇ ਤਿਆਰ ਹਾਂ, ਇੱਦਾਂ ਦਾ ਬਹੁਤ ਪੋਜ਼ਿਟਿਵ ਏਜੰਡਾ ਪਿਆ ਵਾ, ਉਹਨੂੰ ਡਿਸਕਸ ਕਰਨ, ਨਾ ਕਿ ਆਹ ਮੁਕੱਦਮੇ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਭਗਵੰਤ ਨੂੰ ਇਹ ਇੱਕ ਸਬਕ ਸਿੱਖਣਾ ਚਾਹੀਦਾ, ਪਿਛਲੇ
25 30 ਸਾਲ ਦੀ ਰਾਜਨੀਤੀ ਕੱਢ ਲੈਣ। ਅੱਜ ਤੱਕ ਜਿੰਨੇ ਵੀ ਪੋਲੀਟੀਕਲ ਆਦਮੀਆਂ ਨੂੰ ਇੱਕ ਦੂਜੇ ਨੂੰ ਵਿਕਟਮਾਈਜ਼ ਕੀਤਾ, ਇੱਕ ਵੀ ਕੇਸ ਦੇ ਵਿੱਚ ਕਿਸੇ ਲੌਜੀਕਲ ਕੰਕਲੂਜਨ 'ਤੇ ਨਹੀਂ ਪਹੁੰਚਿਆ। ਖਤਮ, ਜਦੋਂ ਕੋਈ ਗੱਲ ਆਉਂਦੀ ਆ, ਜਦੋਂ ਸਰਕਾਰ ਬਦਲੀ, ਸਾਰਾ ਕੁਛ ਖਤਮ ਹੋ ਜਾਂਦਾ। ਔਰ ਵੈਸੇ ਵੀ ਦੇਸ਼ ਵਿੱਚ ਤੁਸੀਂ ਦੇਖ ਲਓ, ਜਿਹੜਾ ਈਵਨ ਈਡੀ ਦੇ ਫਿਗਰਸ ਕੀ ਕਹਿੰਦੇ ਨੇ, ਈਡੀ ਸਭ ਤੋਂ ਵੱਡੀ ਏਜੰਸੀ ਆ, ਉਹਦੀ ਜਿਹੜੀ ਕਨਵਿਕਸ਼ਨ ਰੇਟ ਹੈਗੀ ਈਡੀ ਦੀ, ਉਹ ਐਵੇਂ 3-4 ਪੈਸੇ ਆ। 100 ਕੇਸ ਬਣਾਇਆ ਤਾਂ 2-3 ਆਦਮੀਆਂ ਨੂੰ ਮਸੀਂ ਹੀ ਸਜ਼ਾ ਕਰਾ ਸਕੇ। ਔਰ ਜਿਹੜੇ ਪੋਲੀਟੀਕਲੀ ਆਪ ਕੇਸ ਬਿਲਡ ਹੋ ਰਹੇ ਨੇ, ਐਕਟੀਵਿਸਟ ਭਾਨੇ ਸਿੱਧੂ 'ਤੇ ਹੋ ਰਹੇ ਆ, ਲੱਖੇ ਸੁਧਾਣੇ 'ਤੇ ਆ, ਮੇਰੇ 'ਤੇ ਜਾਂ ਹੋਰ ਕਾਂਗਰਸ ਲੀਡਰ 'ਤੇ, ਤੁਸੀਂ ਮੇਰੀ ਗੱਲ ਯਾਦ ਰੱਖਣਾ, ਕਿਤੇ ਨਹੀਂ ਪਹੁੰਚਦੇ। ਲਾਸਟ ਗੱਲ ਕਹਿਣ ਲੱਗਿਆਂ, ਭਗਵੰਤ ਆਪ ਵਿਧਾਨ ਸਭਾ 'ਚ ਕਿਹਾ ਇਹਨਾਂ ਨੇ ਕਿ ਜਿਹੜਾ ਮੁਖਤਾਰ ਅੰਸਾਰੀ ਗੈਂਗਸਟਰ ਯੂਪੀ ਦਾ ਰੱਖਿਆ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹਾਂ 'ਚ, ਉਹਨੂੰ ਬਚਾਉਣ ਵਾਸਤੇ 55 ਲੱਖ ਰੁਪਈਆ ਪ੍ਰਾਈਵੇਟ ਵਕੀਲ ਖੜੇ ਕੀਤੇ। ਹੁਣ ਦੇਖੋ ਕਿੱਡਾ ਵੱਡਾ ਵਾਅਦਾ ਆਪਣਾ ਤੋੜਿਆ। ਮੈਂ ਇਕੱਲੇ ਆਪਣੇ ਕੇਸ ਦੀ ਗੱਲ ਕਰਦਾ, ਬਾਕੀ ਛੱਡ ਦਿੰਦਾ। ਉਹ ਤਾਂ 55 ਲੱਖ ਸੀਗਾ, ਆਖਿਰ ਜੀ ਮੈਂ 55 ਲੱਖ ਵਾਪਸ ਕਰੂੰ, ਉਹਦੀ ਤਾਂ 5 ਪੈਸੇ ਵੀ ਨਹੀਂ ਰਿਕਵਰ ਕੀਤੇ। ਮੇਰੇ ਕੇਸ ਵਿੱਚ ਜਿਹੜੇ ਹਾਈ ਕੋਰਟ ਔਰ ਸੁਪਰੀਮ ਕੋਰਟ ਵਿੱਚ 200 ਸਰਕਾਰੀ ਵਕੀਲਾਂ ਦੀ ਸਰਕਾਰ ਦੀ ਫੌਜ ਆ, ਉਹਨਾਂ ਨੂੰ ਛੱਡਤਾ ਅਤੇ ਪ੍ਰਾਈਵੇਟ ਵਕੀਲ ਇੰਗੇਜ ਕੀਤੇ ਵੱਡੇ ਵੱਡੇ, ਜਿਹਨਾਂ ਦੀ ਫੀਸ ਇੱਕ ਦਿਨ ਦੀ ਸ਼ਾਇਦ 20-25 ਲੱਖ ਰੁਪਇਆ ਪਰ ਪੇਸ਼ੀ ਆ। ਖਰੇ 10-12-15 ਪੇਸ਼ੀਆਂ 'ਤੇ ਹਾਜ਼ਰ ਕੀਤੇ। ਮੈਨੂੰ ਲੱਗਦਾ ਕਿ ਮੇਰੇ ਕੇਸ 'ਤੇ ਘੱਟੋ ਘੱਟ 4-5 ਕਰੋੜ ਰੁਪਇਆ ਸਰਕਾਰੀ ਖਜ਼ਾਨੇ 'ਚੋਂ ਭਗਵੰਤ ਸਿੰਘ ਮਾਨ ਨੇ ਖਰਚਿਆ ਵਾ। ਕਦੀ ਐਕਸਪਲੇਨ ਕਰੂਗਾ ਕਿ ਬਸ ਐਵੇਂ ਗੀਤ ਗਾਉਣੇ ਆ ਰਿਪਬਲਿਕ ਡੇ 'ਤੇ ਅਤੇ ਆਪਣੇ ਬੱਚਿਆਂ ਦੇ ਬਾਰੇ ਗੱਲ ਕਰਨੀ? ਦਿਸ ਇਜ਼ ਨੋਟ ਪੋਲੀਟਿਕਸ ਆਫ ਪੰਜਾਬ, ਪੋਲੀਟਿਕਸ ਇਜ਼ ਵੋਟ ਆਈ ਹੈਵ ਜਸਟ ਗਿਵਨ ਆਊਟਲਾਈਨ ਦ ਇਸ਼ੂਜ਼। ਸੋ ਮੈਂ ਉਮੀਦ ਕਰਦਾ ਵਾਂ ਕਿ ਆਹ ਜਿਹੜਾ ਅੱਜ ਜਿੱਥੇ ਅਸੀਂ ਬਰਨਾਲੇ ਚੱਲੇ ਹਾਂ, ਅੱਜ ਦੇ ਇਕੱਠ ਤੋਂ ਲੋਕਾਂ ਦੀ ਆਵਾਜ਼ ਸੁਣ ਕੇ ਅਤੇ ਆਹ ਜਿਹੜਾ ਕੰਮ ਹੈਗਾ ਇਸਨੂੰ ਠੱਲ ਪਵੇਗੀ ਅਤੇ ਪੋਜ਼ਿਟਿਵ ਏਜੰਡੇ ਦੇ ਉੱਤੇ ਪੰਜਾਬ ਇਸ਼ੂ ਬੇਸਡ ਪੋਲੀਟਿਕਸ ਦੇ ਉੱਤੇ ਦੁਬਾਰਾ ਉਹਨੂੰ ਲਿਆਂਦਾ ਜਾਵੇ। ਖੈਰ ਸਾਹਿਬ, 2024 ਦੀਆਂ ਚੋਣਾਂ ਆਉਣ ਜਾ ਰਹੀਆਂ ਨੇ, ਗੱਠਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ, ਇੰਡੀਆ ਦੇ ਅਲਾਇੰਸ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਇਕੱਲਾ ਲੜਨ ਦਾ ਚੁਣਾਵ ਦਾ ਜਿਹੜਾ ਐਲਾਨ ਕੀਤਾ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਠਜੋੜ ਦਾ ਤਾਂ ਤੁਹਾਨੂੰ ਆਲਰੇਡੀ ਮੋਸਟਲੀ ਪਤਾ ਲੱਗ ਚੁੱਕਾ ਵਾ ਕਿ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਹੋਏਗਾ। ਇਹ ਗੱਲ ਸਾਡੀ ਲੀਡਰਸ਼ਿਪ ਵੀ ਕਹਿ ਚੁੱਕੀ ਹੈ ਔਰ ਇਹ ਗੱਲ ਪਾਰਟੀ ਦੀ ਹਾਈਕਮਾਂਡ ਤੋਂ ਸੰਕੇਤ ਆ ਚੁੱਕੇ ਨੇ। ਔਰ ਗੱਠਜੋੜ ਪੰਜਾਬ ਅਸੀਂ ਇਸ ਕਰਕੇ ਕਹਿੰਦੇ ਹੁੰਦੇ, ਉਹਦਾ ਕੋਈ ਕੀ ਕਹਿੰਦੇ ਹੁੰਦੇ ਕਿ ਕੋਈ ਤੁੱਕ ਨਹੀਂ ਬਣਦੀ। ਅਸੀਂ ਮਤਲਬ ਅੱਜ ਦੀ ਡੇਟ ਵਿੱਚ MLA ਦੀ ਗਿਣਤੀ ਦੇਖੀਏ ਤਾਂ ਨੰਬਰ 1 ਦੀ ਪਾਰਟੀ ਆਮ ਆਦਮੀ, ਨੰਬਰ 2 ਦੀ ਕਾਂਗਰਸ, ਨੰਬਰ 3 'ਤੇ ਅਕਾਲੀ ਦਲ ਅਤੇ ਨੰਬਰ 4 'ਤੇ BJP। 1 ਨੰਬਰ ਅਤੇ 2 ਨੰਬਰ ਇਕੱਠੇ ਹੋ ਕੇ ਕਿਹਨੂੰ ਹਰਾਉਣ ਚੱਲੇ ਨੇ? ਚੌਥੇ ਨੂੰ। ਉਹਨਾਂ ਉਹ ਤਾਂ ਪਹਿਲਾਂ ਹੀ ਚੌਥੇ ਦੇ ਨੇ। ਔਰ ਦੂਸਰੀ ਗੱਲ ਕਿ ਅਸੀਂ ਅਲੱਗ ਅਲੱਗ 'ਚ ਲੜਦੇ ਹਾਂ, ਫਰਜ਼ ਕਰੋ ਜਿੰਨੀਆਂ ਵੀ ਸੀਟਾਂ ਅਸੀਂ ਜਿੱਤਦੇ ਹਾਂ, ਜਿੰਨੀਆਂ ਵੀ ਸੀਟਾਂ ਆਮ ਆਦਮੀ ਜਿੱਤਦੇ, ਜਾਣੀਆਂ ਤਾਂ ਇੰਡੀਆ ਅਲਾਇੰਸ ਦੇ ਖਾਤੇ 'ਚ ਹੈ ਨਾ। ਸੋ ਇੱਥੇ ਕੋਈ ਤੁੱਕ ਨਹੀਂ ਬਣਦੀ। ਪਰ ਫਿਰ ਵੀ ਜੇ ਹਾਈਕਮਾਂਡ ਕੋਈ ਗੱਲ ਸੋਚ ਰਹੀ ਆ, ਹਾਂ ਦਿੱਲੀ 'ਚ ਕਰਨਾ ਚਾਹੁੰਦੇ ਨੇ, ਗੋਆ, ਗੁਜਰਾਤ, ਐਨੀਵੇਅਰ ਦੇ ਕੈਨ ਡੂ ਦੇਅਰ। ਸੋ ਪੰਜਾਬ ਦੇ ਜਜ਼ਬਾਤਾਂ ਨੂੰ ਓਵਰਰਾਈਡ ਕਰਕੇ ਥੋੜ੍ਹੋ ਕਰਨਗੇ। ਔਰ ਉੱਧਰਲੇ ਪਾਸੇ ਭਗਵੰਤ ਵੀ ਰੋਜ਼ ਕਹੀ ਜਾਂਦਾ 13-0, 13-0, ਸਾਡੇ ਵਾਲੇ ਵੀ ਕਹੀ ਜਾਂਦੇ 13-0, 13-0, 26 ਸੀਟਾਂ ਹੀ ਹੈ ਨਹੀਂ ਇੱਥੇ ਪੰਜਾਬ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਠੀਕ ਹੀ ਹੋਵੇਗਾ ਔਰ ਨਹੀਂ ਹੋਏਗਾ। ਕੀ ਲੱਗਦਾ ਕਿੰਨੀਆਂ ਸੀਟਾਂ ਕਾਂਗਰਸ ਲਵੇਗੀ? ਹੁਣ ਫਿਰ ਉਹੀ ਗੱਲ ਆ ਗਈ ਨਾ, ਹੁਣ ਜੇ ਮੈਂ ਵੀ 13-0 ਕਿਹਾ, ਉਹ ਕਹਿਣ ਵਾਸਤੇ ਹੁੰਦਾ। ਮੈਂ ਕਦੀ ਇੱਦਾਂ ਦੀ ਬਨੋਟੀ ਜਿਹੀ ਗੱਲ ਨਹੀਂ ਕੀਤੀ ਜ਼ਿੰਦਗੀ ਦੇ ਵਿੱਚ, ਬਟ ਆਈ ਐਮ ਕੁਆਇਟ ਸ਼ੋਰ ਕਿ ਅਗਰ 4-corner ਕੰਟੈਸਟ ਹੋਵੇਗਾ, ਕਾਂਗਰਸ ਸ਼ੁੱਡ ਡੂ ਵੈਰੀ ਵੈਰੀ ਵੈਲ। ਥੋੜ੍ਹਾ ਜਿਹਾ ਆਪਣਾ ਹਾਊਸ ਇਨ ਆਰਡਰ ਕਰ ਲੈਣ, ਆਹ ਜਿਹੜਾ ਰੋਜ਼ ਇੱਕ ਦੂਜੇ ਨਾਲ ਛੋਟਾ ਮੋਟਾ ਡਿਫਰੈਂਸ ਆਫ ਓਪੀਨੀਅਨ ਅੰਦਰ ਬਹਿ ਕੇ ਗੱਲ ਕਰ ਲੈਣ, ਆਈ ਐਮ ਕੁਆਇਟ ਸ਼ੋਰ ਕਿ ਅੱਜ ਲੋਕ ਬਹੁਤ ਅੱਕੇ ਹੋਏ ਨੇ ਔਰ ਉਹ ਹੁਣ ਅਸਲੀ ਬਦਲਾਓ ਚਾਹੁੰਦੇ ਨੇ, ਜਿਹੜਾ ਅਸੀਂ ਹੁਣ ਦੇਣ ਜਾਵਾਂਗੇ ਨਾ। ਔਰ ਇਹ ਤੋਂ ਬਾਅਦ ਜਿਹੜੀ 27 'ਚ ਅਸਲੀ ਸਰਕਾਰ ਬਣਾਵਾਂਗੇ, ਜਿਹੜੀ ਵੀ ਸਾਡੀ ਪਾਰਟੀ ਵੱਲੋਂ ਸਪੋਂਸਰਡ ਅੱਛੀ ਸਰਕਾਰ, ਉਹਦੇ ਵਿੱਚ ਜੈਨੂਅਨ ਇਸ਼ੂਜ਼ ਜਿੱਦਾਂ ਕੌਨਫਲਿਕਟ ਆਫ ਇੰਟਰਸਟ ਲੋ ਪੈਂਡਿੰਗ ਹੈ ਹਾਲੇ, ਮਤਲਬ ਮੈਂ ਕਿੰਨਾ ਕੁਛ ਕੋਟ ਕਰ ਸਕਦਾ, ਉਹ ਸਾਰਾ ਕੁਛ ਲੈ ਕੇ BJP ਦਾ ਆਧਾਰ ਰਹੇਗਾ ਜੀ ਪੰਜਾਬ ਦੇ ਅੰਦਰ? ਦੇਖੋ,
ਜੋ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਬੀਜੇਪੀ ਆਫਟਰ ਆਲ ਇੱਕ ਨੈਸ਼ਨਲ ਪਾਰਟੀ ਹੈ, ਠੀਕ ਹੈ, ਅਸੀਂ ਇੱਕ ਮੈਂ ਕਹਿ ਦਾਂ ਕਿ ਉਹਨਾਂ ਦਾ ਕੋਈ ਆਧਾਰ ਨਹੀਂ ਗਾ ਤਾਂ ਮੇਰੇ ਕਹਿਣ ਨਾਲ ਤਾਂ ਨਿਬੜਦਾ ਨਹੀਂ ਗਾ, ਤੋ ਉਹਨਾਂ ਦਾ ਅਗਰ ਇੰਡੀਪੈਂਡੈਂਟਲੀ ਲੜਦੇ ਉਹ ਵੋਟਾਂ ਤਾਂ ਲਿਜਾਣਗੇ, ਬਟ ਆਈ ਡੂ ਨੋਟ ਸੀ ਕਿ ਉਹ ਕੋਈ ਲੋਕ ਸਭਾ ਦੀ ਸੀਟ ਉਹ ਜਿੱਤਦੇ ਨਜ਼ਰ ਆਉਂਦੇ। ਬਾਕੀ ਤਾਂ ਚਲੋ ਜਦੋਂ ਵੋਟ ਪੋਲ ਨੂੰ ਫੇਰ ਲੱਗਦਾ ਕਿ ਗੱਠਜੋੜ ਹੋਏਗਾ ਅਕਾਲੀ ਦਲ ਅਤੇ ਬੀਜੇਪੀ, ਉਹਨਾਂ ਦੀ ਵੀ ਕੋਈ ਤੁੱਕ ਨਹੀਂ ਬਣਦੀ। ਜਿਹੜਾ ਅਕਾਲੀ ਦਲ ਇਸ ਆਧਾਰ 'ਤੇ ਬਾਹਰ ਆਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ, ਤੁਹਾਨੂੰ ਯਾਦ ਆ ਅਸਤੀਫਾ ਕਿਉਂ ਦਿੱਤਾ ਸੀਗਾ, ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਦਿੱਤਾ ਅਸਤੀਫਾ ਦਿੱਤਾ, ਅਤੇ ਜੇ ਅੱਜ ਅਕਾਲੀ ਦਲ ਸਮਝੌਤਾ ਕਰ ਲੂਗਾ ਅਤੇ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਾਇਆ ਹੀ ਨਹੀਂ ਗਾ ਬੀਜੇਪੀ ਦੀ ਸਰਕਾਰ, ਔਰ ਉਸ ਤੋਂ ਇਲਾਵਾ ਜੋ ਹੋਰ ਜਿਸ ਤਰ੍ਹਾਂ ਦਾ ਇੱਕ ਮਜੋਰਿਟੇਰੀਅਨ ਪੋਲੀਟਿਕਸ ਹੋ ਰਹੀ ਆ, ਜਿਹੜੀ ਵਿਚਾਰਧਾਰਾ ਨਾ ਅਕਾਲੀ ਦਲ ਦੀ ਉਹ ਸ਼ੁਰੂ ਤੋਂ ਬੇਸਿਕ ਮੁੱਢਲੀ ਜਿਹੀ ਵਿਚਾਰਧਾਰਾ ਵੱਧ ਅਧਿਕਾਰਾਂ ਦੀ ਲੜਾਈ, ਫੈਡਰਲ ਢਾਂਚੇ ਦੇ ਲੜਾਈ, ਪਰ ਬੀਜੇਪੀ ਤਾਂ ਇਸ ਦੇਸ਼ ਨੂੰ ਹੋਰ ਜ਼ਿਆਦਾ ਯੂਨੀਟਰੀ ਸਿਸਟਮ ਬਣਾ ਰਹੀ ਹੈ, ਸਾਰੇ ਅਧਿਕਾਰ ਕੇਂਦਰਿਤ ਖਿੱਚ ਕੇ ਲੈ ਗਿਆ, ਇੱਥੋਂ ਤੱਕ ਕਿ ਸਾਡੇ ਕੋਲ ਟੈਕਸ ਵੀ ਹੈ ਨਹੀਂ ਗਾ, ਸਾਡੇ ਐਜੂਕੇਸ਼ਨ, ਹੈਲਥ ਕੇਅਰ, ਲੇਬਰ ਪੋਲਿਸੀ ਸਾਰਾ ਕੁਝ ਡਿਸਾਈਡ ਕਰਦੇ ਨੇ। ਸੋ ਇਹਨਾਂ ਦਾ ਤਾਂ ਡਾਇਰੈਕਟ ਵਿਚਾਰਧਾਰਕ ਕਲੈਸ਼ ਆ, ਔਰ ਉਸ ਤੋਂ ਅੱਗੇ ਬੀਜੇਪੀ ਕਹਿ ਰਹੀ ਕਿ ਅਸੀਂ ਜਿੱਤਾਂਗੇ ਤਾਂ ਅਸੀਂ ਯੂਨੀਫਾਰਮ ਸਿਵਲ ਕੋਡ ਲੈ ਕੇ ਆਵਾਂਗੇ, ਯਾਨੀ ਕਿ ਧਾਰਮਿਕ ਕਾਨੂੰਨ ਵੀ ਹੁਣ ਉਹ ਕਹਿਣਗੇ ਅਸੀਂ ਬਣਾਵਾਂਗੇ। ਤਾਂ ਫਿਰ ਅਕਾਲੀ ਦਲ ਜਿਹੜੀ ਸਿੱਖਾਂ ਨੂੰ ਰਿਪ੍ਰਜੈਂਟ ਕਰਦੀ ਆ, ਜਿਹੜੀ ਘੱਟ ਗਿਣਤੀਆਂ ਨੇ ਮੁਸਲਮਾਨ ਨੇ ਜਾਂ ਹੋਰ ਕ੍ਰਿਸਚੈਨਿਟੀ ਅਤੇ ਦੂਜੇ ਇਸਲਾ ਹੋਰ, ਉਹ ਉਹਨਾਂ ਵਾਸਤੇ ਤਾਂ ਇਹ ਸਾਰੇ ਕਾਨੂੰਨ ਜਿਹੜੇ ਬੜੇ ਹੈਗੇ ਨੇ, ਇੱਕ ਡਰੈਕੋਨੀਅਨ ਨਜ਼ਰ ਆ ਰਹੇ ਨੇ। ਅਕਾਲੀ ਦਲ ਕਿਹੜੇ ਮੂੰਹ ਨਾਲ ਉਹਨਾਂ ਨਾਲ ਕਰ ਲਏ? ਔਰ ਅਖੀਰਲੀ ਗੱਲ, ਇਹ ਕਹਿੰਦੇ ਵੱਧ ਅਧਿਕਾਰ ਲੈਣੇ, ਅਸੀਂ ਸੂਬੇ ਮਜ਼ਬੂਤ ਹੋਣੇ ਚਾਹੀਦੇ, ਬਿਲਕੁਲ ਨਾਲ ਦੇ ਗੁਆਂਢੀ ਸੂਬੇ ਨੂੰ ਜੰਮੂ ਕਸ਼ਮੀਰ ਨੂੰ ਬੀਜੇਪੀ ਨੇ ਤੋੜਿਆ, ਦੋ ਉਹਦੇ ਯੂਟੀਜ਼ ਬਣਾਈਆਂ ਅਤੇ ਅਕਾਲੀ ਦਲ ਨੇ ਤਾਂ ਉੱਧਰ ਵੋਟ ਪਾਈ ਹੋਈ ਹੈ। ਸੋ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੀ ਜਿਹੜੀ ਪੋਲੀਟਿਕਸ ਆ ਉਹ ਇਟਸੈਲਫ ਕੰਟਰਡਿਕਟਰੀ ਆ, ਜਿਹੜੀ ਉਹਨਾਂ ਦੀ ਆਪਣੀ ਵਿਚਾਰਧਾਰਾ ਦੇ ਨਾਲ ਕੰਟਰਡਿਕਸ਼ਨ ਚੱਲਦੀ। ਜਥੇਦਾਰ ਕੌਂਕੇ ਦਾ ਕੇਸ ਆ ਗਿਆ, ਇਹਨਾਂ ਦੀਆਂ ਤਿੰਨ ਸਰਕਾਰਾਂ ਲੰਘ ਗਈਆਂ, 15 ਸਾਲ ਦਾ ਰਾਜ, ਲੇਕਿਨ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਦੀ ਪ੍ਰੋਟੈਕਸ਼ਨ ਹੀ ਨਹੀਂ ਕਰ ਸਕੇ, ਉਲਟਾ ਜਿਹੜੇ ਉਹਨਾਂ ਦੇ ਜ਼ਿੰਮੇਵਾਰ ਅਫਸਰ ਸੀਗੇ ਉਹਨਾਂ ਨੂੰ ਪ੍ਰਮੋਸ਼ਨਾਂ ਅਤੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ। ਸੋ ਹੁਣ ਕਿਹੜੇ ਮੂੰਹ ਨਾਲ ਜਾ ਕੇ ਸਿੱਖਾਂ ਨੂੰ ਕਹਿਣਗੇ ਕਿ ਅਸੀਂ ਪੰਥਕ ਪਾਰਟੀਆਂ, ਅਸੀਂ ਬੜੇ ਜੈਨੂਅਨ ਆ, ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜਾਂਗੇ? ਤਾਂ ਹੀ ਉਹ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਅਤੇ ਅੱਜ ਵਾਲੇ 'ਤੇ ਯਕੀਨ ਨਹੀਂ ਕਰ ਰਹੇ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਅਲਾਇੰਸ ਅਗਰ ਹੋਊਗਾ ਵੀ ਤਾਂ ਮੈਨੂੰ ਲੱਗਦਾ ਇਟ ਵਿਲ ਸੈਂਡ ਅ ਵੈਰੀ ਬੈਡ ਰਿਐਕਸ਼ਨ, ਮੇ ਬੀ ਬੋਥ ਦਾ ਪਾਰਟੀਜ਼ ਵਿਲ ਡਰੋਪ ਦੇ ਵੋਟਸ। ਰਾਮ ਮੰਦਰ ਦਾ ਨਿਰਮਾਣ ਹੋਇਆ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਫਾਇਦਾ ਜਿਹੜਾ ਬੀਜੇਪੀ ਨੂੰ ਹੈ? ਦੇਖੋ, ਸਾਰਿਆਂ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ, ਔਰ ਜਦੋਂ ਕੋਈ ਆਪਣਾ ਧਰਮ ਕੋਈ ਗੱਲ ਕਹਿੰਦਾ ਵਾ ਅਸੀਂ ਸਾਰੇ, ਮਤਲਬ ਮੈਂ ਸਮਝਦਾ ਕਿ ਉਹਦਾ ਫਰਜ਼ ਬਣਦਾ ਅਸੀਂ ਸਤਿਕਾਰ ਕਰੀਏ। ਕੌਂਸਟੀਟਿਊਸ਼ਨ ਸਾਡਾ ਪ੍ਰੋਵਾਈਡ ਕਰਦਾ ਫਰੀਡਮ ਆਫ ਸਪੀਚ, ਸਭ ਨੂੰ ਅਧਿਕਾਰ ਹੈ ਕਿ ਉਹ ਆਪਣੇ ਧਰਮ ਦੀ ਗੱਲ ਕਰਨ, ਔਰ ਮੈਂ ਤਾਂ ਮਤਲਬ ਆਈ ਵੁੱਡ ਸੇ ਕਿ ਉਹ ਵਧਾਈ ਦੇ ਪਾਤਰ ਨੇ, ਉਹਨਾਂ ਵਾਸਤੇ ਇੱਕ ਰਾਮ ਮੰਦਰ ਜਿਹੜਾ ਹੈਗਾ ਸਾਡੇ ਇਤਿਹਾਸ ਵਿੱਚੋਂ ਇੱਕ ਜਿਹੜਾ ਹੈ ਇੱਕ ਡ੍ਰਿਵਨ ਇਸ਼ੂ ਸੀਗਾ, ਔਰ ਉਹ ਮੰਦਰ ਬਣਿਆ। ਮੈਂ ਸਾਰੇ ਦੇਸ਼ ਦੇ ਆਪਣੇ ਰਾਮ ਨੂੰ ਰਾਮ ਭਗਵਾਨ ਜੀ ਨੂੰ ਮੰਨਣ ਵਾਲਿਆਂ ਨੂੰ, ਇਕੱਲੇ ਹਿੰਦੂ ਨਹੀਂ ਜਿਹੜੇ ਗੈਰ ਹਿੰਦੂ ਵੀ ਨੇ, ਉਹਨਾਂ ਸਾਰਿਆਂ ਨੂੰ ਆਪਣੇ ਦਿਲ ਦੀਆਂ ਕਹਿ ਰਹੇ ਤੋਂ ਮੁਬਾਰਕਬਾਦ। ਤੁਹਾਡੇ ਕੇਸ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੇਸ ਦੀ ਹੁਣ ਅਗਲੀ ਤਰੀਕ ਕਿਹੜੀ ਪਈ ਹੈ ਜੀ? ਅਗਲੀ ਤਰੀਕ ਹਲੇ ਲੇਟਰ ਔਨ ਦੱਸੀ ਜਾਓ, ਮੈਨੂੰ ਕਨਵੇ ਕਰ ਦਿਓ। ਕਿਤੇ ਨਾ ਕਿਤੇ ਜਾ ਕੇ ਪੁਲਿਸ ਸਿੱਧਾ ਹੀ ਇਲਜ਼ਾਮ ਲਗਾ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਜਿਹੜਾ ਇਸ ਮਾਮਲੇ ਦੇ ਅੰਦਰ ਹੋਇਆ ਹੈਗਾ, ਕਿੰਨੀ ਕੁ ਸੱਚਾਈ ਹੈ ਜੀ? ਫਿਰ ਮੈਂ ਉਹੀ ਤੁਹਾਨੂੰ ਬੇਨਤੀ ਕਰਦਾ, ਮੇਰੇ ਕੋਲ ਤਾਂ ਇਕੱਲੇ ਇਕੱਲੇ ਨੁਕਤੇ ਦਾ ਜਵਾਬ ਹੈ ਜੀ। ਪੰਜਾਬ ਦੀ ਜਨਤਾ ਲੋਕ ਅਦਾਲਤ ਵਿੱਚ ਮੈਂ ਬਿਲਕੁਲ ਬਿਲਕੁਲ ਕੀ ਕਹਿੰਦੇ ਨਿਰਦੋਸ਼ ਹਾਂ, ਔਰ ਲੋਕਾਂ ਨੂੰ ਇਕੱਲੇ ਇਕੱਲੇ, ਕਿਉਂਕਿ ਜਿਹੜਾ ਮਾਮਲਾ ਹੈਗਾ ਇਹ ਫੋਰਥ ਟਾਈਮ ਇੰਪਲੀਕੇਸ਼ਨ ਹੈ ਮੇਰੀ, ਇੱਕ ਹੀ ਕੇਸ ਵਿੱਚ 4 ਵਾਰੀ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੇਲੇ, ਫਿਰ
ਕੈਪਟਨ ਅਮਰਿੰਦਰ ਸਿੰਘ ਵੇਲੇ ਇਸੇ ਕੇਸ ਸਮਨਿੰਗ ਜਿਹੜੀ ਸਮਨਿੰਗ ਕੁਐਸ਼ ਕੀਤੀ ਸੁਪਰੀਮ ਕੋਰਟ ਨੇ, ਉਸ ਤੋਂ ਬਾਅਦ ਇਸੇ ਕੇਸ ਨੂੰ ਚੱਕ ਕੇ ਈਡੀ ਨੇ ਮੈਨੂੰ ਅਰੈਸਟ ਕਰ ਲਿਆ, ਜਦਕਿ ਸਮਨਿੰਗ ਕੁਐਸ਼ ਸੀਗੀ। ਔਰ ਇਸੇ ਕੇਸ ਨੂੰ ਭਗਵੰਤ ਮਾਨ ਨੇ ਚੌਥੀ ਵਾਰੀ FIR 'ਚ ਮੇਰਾ ਨਾਮ ਇੰਕਲੂਡ ਕੀਤਾ। ਉਹੀ ਭਗਵੰਤ ਮਾਨ ਯਾਦ ਰਹੇ ਜਿਹਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਨੇ ਕਿ ਖਹਿਰਾ ਸਾਹਿਬ ਬੇਗੁਨਾਹ ਨੇ, ਖਹਿਰਾ ਸਾਹਿਬ ਦੇ ਖਿਲਾਫ ਇਹ ਕੇਸ ਮਨਘੜਤ ਝੂਠਾ ਵਾ। ਜਦੋਂ ਉਹਨਾਂ ਨੂੰ ਕੋਈ ਹੋਰ ਕੋਈ ਮੈਨੂੰ ਪਹਿਲਾਂ 3 ਮੁਕੱਦਮੇ ਦਰਜ ਕੀਤੇ, ਉਹਦੇ 'ਚ ਮੈਨੂੰ ਐਂਟੀਸਪੇਟਰੀ ਬੇਲਸ ਮਿਲੀਆਂ, ਫਿਰ ਮੇਰਾ ਚੌਥਾ ਇਹ ਕਰਤਾ NDPS, ਜਦੋਂ ਮੈਂ ਵਿਆਹ ਜਦੋਂ 4 ਜਨਵਰੀ ਨੂੰ ਹਾਈਕੋਰਟ ਨੇ ਬੇਲ ਦਿੱਤੀ, ਫਿਰ 5ਵਾਂ ਕਰਤਾ ਇੱਕ ਗਵਾਹ ਨੂੰ ਦੁਟਰਾਉਣ ਵਾਲਾ। ਸੋ ਆਈ ਵੁੱਡ ਨੋਟ ਸੇ ਕਿ ਮੈਂ ਕੋਈ ਜੱਜ ਤਾਂ ਹੈ ਨਹੀਂ ਗਾ, ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਇਸ ਕੇਸ ਵਿੱਚੋਂ ਬਿਲਕੁਲ ਬੇਦਾਗ ਹੋ ਕੇ ਅਵਸ਼ ਨਿਕਲੂੰਗਾ। ਧੰਨਵਾਦ ਤੁਹਾਡਾ ਸਾਰਾ।